ਕਿੱਥੇ ਐ ਸਿੰਘਕੌਰ? ਤੁਹਾਡੇ ਤੋਂ ਡਰੀ ਹੋਈ ਹੈ ਬਾਪੂ ਜੀ। ਤੁਹਾਡੇ ਤੋਂ ਡਰਦੀ ਨੇ ਕੁੰਡੀ ਲਾ ਰੱਖੀ ਹੈ। ਇਸ਼ਕ ਕਰਨ ਵੇਲੇ ਨਹੀਂ ਡਰ ਲੱਗਿਆ? ਰਾਮ ਸਿੰਘ ਦੀ ਇਸ ਇਲਾਕੇ ਚ ਇੱਜ਼ਤ ਹੈ ਤੇ ਇਸ਼ਕ ਦੀਆਂ ਪੀਂਘਾਂ ਜੋੜਦੀ ਹੈ। ਅੰਦਰ ਹੀ ਤਪਦੂ ਮੈਂ। ਉਹ ਕਹਿੰਦੀ ਹੈ ਇੱਕ ਵਾਰੀ ਮਿਲਤਾ ਲਓ ਮੁੰਡੇ ਨੂੰ। ਜੀ ਬਾਪੂ ਜੀ। ਭੈਣ ਕਹਿੰਦੀ ਹੈ ਇਸ ਮਾਮਲੇ ਚ ਜੋ ਮੈਂ ਕਰੂੰਗਾ ਉਹਦੇ ਚ ਤੁਹਾਡੀਆਂ ਧੌਣਾਂ ਚੁੱਕੀਆਂ ਹੋਈਆਂ ਦਿਖਣੀਆਂ ਚਾਹੀਦੀਆਂ ਮੈਨੂੰ। ਜਿਹਨੇ ਮੇਰੀ ਇੱਜ਼ਤ ਮਿੱਟੀ ਚ ਰੋਲਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਰਦਾ ਇਹਦੇ ਤਗੜੇ ਨਾਲ ਗੱਲ। ਚੁਰਾਹੇ ਚ ਖੜਾ ਕੇ ਉਡੀਕ ਕਰਾਉਣ ਦਾ ਮਤਲਬ ਤਾਂ ਸਮਝ ਗਿਆ ਹੋਣਾ ਤੂੰ। ਉਡੀਕ ਤਾਂ ਵਕਤ ਦੀ ਖੇਡ ਹੈ ਜੀ, ਬਾਕੀ ਤੁਸੀਂ ਆਪ ਸਿਆਣੇ ਹੋ, ਸਮਝ ਗਏ ਹੋਵੋਗੇ। ਮੈਂ ਇੱਥੇ ਤੁਹਾਡੀ ਉਡੀਕ ਕਰ ਕਿਉਂ ਰਿਹਾ? ਤੈਨੂੰ ਪਤਾ ਹੈ ਆਪਣੇ ਆਪ ਦਾ ਤੂੰ ਹੈ ਕੀ ਓਏ? ਮੈਂ ਉਮੀਦਾਂ ਨਾਲ ਭਰਿਆ ਚੜ੍ਹਦੀ ਕਲਾ ਦਾ ਰਾਹ ਹਾਂ। ਭੁੱਲ ਕੇ ਵੀ ਮੇਰੇ ਘਰ ਦੇ ਰਾਹ ਨਾ ਪਈ? ਅੱਲਾ ਸਿੰਘ ਸਿੰਘ ਕੌਰ ਨੂੰ ਲੰਮੀ ਉਡੀਕ ਚ ਤਾਂ ਨਹੀਂ ਪਾ ਸਕਦਾ ਬਾਪੂ। ਹਮੇਸ਼ਾ ਲਈ ਚੁੱਪ ਕਰਾ ਦੇਣਾ ਜੇ ਬਾਪੂ ਕਿਹਾ ਤਾਂ ਨਾ ਦੇਖ ਤੇਰਾ ਕਿਆ ਹੋ ਜਾਏ। ਅੱਲਾ ਸਿੰਘ ਤੂੰ ਮੁਸਲਮਾਨ ਹੈ ਕਿ ਸਿੱਖ? ਕਾਮਰੇਡਾਂ ਤੂੰ ਦੀ ਛਿੱਟੀ ਥੋੜਾ ਵੀ ਜਿੱਧਰ ਨੂੰ ਚੁਕਾ ਲਉਂਗੇ ਚੁੱਕ ਜੂ। ਬਾਬੇ ਨਾਨਕ ਦੀ ਸੋਚ ਮੁਤਾਬਕ ਬੰਦਾ ਬਣਨ ਦੀ ਕੋਸ਼ਿਸ਼ ਕਰ ਰਿਹਾ, ਨਾ ਤਾਂ ਤੁਹਾਡਾ ਵੀ ਹਿੰਦੂ ਵਾਲਾ ਹੀ ਆ। ਰਾਮ ਸਿੰਘ ਤੇ ਤੁਹਾਡੀ ਕੁੜੀ ਦਾ ਨਾਂ ਸਿੰਘ ਕੌਰ। ਸਾਡੇ ਮੋਹ ਦੀ ਕਹਾਣੀ ਨੂੰ ਮੋਹ ਨਾਲ ਹੀ ਸੁਣੋ, ਨਾਵਾਂ ਨਾਲ ਨਹੀਂ। ਤੂੰ ਮੈਨੂੰ ਬਹੁਤਾ ਲੈਕਚਰ ਨਾ ਦੇ ਕਾਮਰੇਡਾ, ਇਹ ਤੇਰੀ ਸਟੇਜ ਨਹੀਂ, ਜੱਟ ਦੇ ਖੇਤ ਨੂੰ ਜਾਂਦਾ ਰਾਹ ਹੈ, ਕਤਲ ਹੋ ਸਕਦਾ ਤੇਰਾ। ਭੁੱਲ ਜਾ ਸਿੰਘ ਕੌਰ ਨੂੰ। ਮੇਰੇ ਚੇਤਿਆਂ ਚ ਸੋਹਣੀ ਫਸਲ ਵਾਂਗੂ ਉੱਗੀ ਹੈ ਸਿੰਘ ਕੌਰ, ਗਾਲੀ ਚ ਫੈਸਲਾ ਨਾ ਲੈ ਲਿਓ, ਮੈਂ ਉਡੀਕ ਕਰੂੰਗਾ। ਕਈ ਵਾਰੀ ਉਡੀਕ ਇੱਕ ਸਾਂਝਾ ਬਣਾ ਦਿੰਦੀ ਹੈ, ਸਾਂਝਾ ਹੁੰਦਾ ਜਿਹਦੇ ਚ ਕਦੇ ਤਬਦੀਲੀ ਨਹੀਂ ਆਉਂਦੀ। ਜੇ ਤਬਦੀਲੀ ਆਪਣੇ ਆਪ ਨਾ ਆਵੇ ਤਾਂ ਅੱਲਾ ਸਿੰਘ ਨੂੰ ਲਿਆਉਣੀ ਵੀ ਆਉਂਦੀ ਹੈ। ਜੇ ਸਾਡੇ ਪਿੰਡ ਦੀ ਜੂਹ ਚ ਵੀ ਵੜ ਗਿਆ ਨਾ ਤੂੰ, ਗਾਟਾ ਲਾ ਕੇ ਟੂਣੇ ਵਾਲੇ ਠੀਕਰੇ ਚ ਰੱਖ ਦੋ। ਤੁਸੀਂ ਹੁਕਮ ਤਾਂ ਕਰੋ, ਗਾਟਾ ਤਾਂ ਮੈਂ ਆਪਣੇ ਆਪ ਲਾ ਕੇ ਤੁਹਾਡੀ ਤਲੀ ਤੇ ਰੱਖ ਦੋ, ਪਰ ਸਾਡੇ ਬਾਰੇ ਸੋਚੋ ਤਾਂ ਸਹੀ। ਰਾਮ ਸਿੰਘ ਥੁੱਕ ਕੇ ਚੱਟੂ, ਜੇ ਤੇਰੇ ਵਰਗੇ ਕਮੀਨੇ ਬਾਰੇ ਸੋਚ ਵੀ ਗਿਆ। ਪਰ ਮੈਂ ਤਾਂ ਚੰਗੀ ਸੋਚ ਲੈ ਕੇ ਆਇਆ ਸੀ ਤੇ ਚੰਗੀ ਸੋਚ ਨੂੰ ਕੋਈ ਵੀ ਤੌਂਸ ਦੱਬ ਨਹੀਂ ਸਕਦੀ। ਤੇ ਹਾਂ ਸੱਚ, ਇਸ਼ਕ ਤੇ ਹਵਾ ਦੋਨੇ ਇੱਕੋ ਜਾਤ ਦੇ ਹੁੰਦੇ ਆ, ਇਹਨਾਂ ਨੂੰ ਡੱਕ ਕੇ ਰੱਖਣਾ ਤਾਂ ਔਖਾ ਹੈ ਸਰਦਾਰ ਜੀ।
ਚੱਲਦਾ। ਅੱਜ ਜਮਈ ਸਵਾਲ ਨਹੀਂ ਆਇਆ ਪਤੰਦਰਾ। ਕਿਉਂ? ਇੱਕ ਤਾਂ ਤੂੰ ਆਇਆ ਬੜਾ ਕਬੇੜੇ ਆ, ਦੂਜਾ ਪੈਗ ਨਹੀਂ ਰਾਇਆ। ਉਹ ਕੋਈ ਨਹੀਂ, ਕਦੇ ਫੇਰ ਕੱਢ ਲਾਂਗੇ ਕਸਰਾਂ। ਅੱਜ ਸਾਡੇ ਵੱਡ ਵਡੇਰਿਆਂ ਦਾ ਦਿਨ ਹੈ। ਸੁੱਕੀ ਇੱਧਰ। ਹਾਂਜੀ। ਉਹ ਯਾਰ ਸਿੰਦੋੜਾ ਨੂੰ ਬੁਲਾ ਕੇ ਲਿਆ। ਚੱਲੇ ਵੀ ਇਹ ਕਿੱਥੇ ਜਾਣਾ? ਪਰ ਹਲੇ ਤਾਂ ਬੁੜੀਆਂ ਨੇ ਖੜਾ ਪਖਾਇਆ ਹੀ ਆ ਜੀ, ਮੈਂ ਛੱਡਿਓ ਬਾਅਦ ਛਿੰਦੋ ਮਾਮੀ ਉਹਨਾਂ ਨੂੰ। ਓਏ ਊਂ ਤਾਂ ਕੋਈ ਗੱਲ ਨਹੀਂ, ਅਸਲ ਤੜਕੇ ਸਾਜਰੇ ਉੱਠਣਾ ਪੈਂਦਾ ਨਾ ਡੰਗਰ ਬੱਚੇ ਕਰਕੇ। ਅੱਛਾ, ਤੂੰ ਐਂ ਕਰ, ਮੇਰਾ ਮਾਲ ਉਠਾ ਲਓ ਉਹਨਾਂ ਨੂੰ। ਆ ਜਾ। ਐ ਸ਼ਾਬਾਸ਼। ਐ ਯਾਰ ਯਾਨੇ ਪੁੱਤ, ਮੈਂ ਵੀ ਇਹਦੇ ਨਾਲ ਕਦੇ ਜਵਾਈਆਂ ਵਾਂਗੂ ਨਹੀਂ ਵਰਤਿਆ ਜਿੱਦਣ ਦਾ ਮੇਰਾ ਵਿਆਹ ਹੋਇਆ। ਹੀ ਇਜ਼ ਜਸਟ ਲਾਈਕ ਮਾਈ ਬ੍ਰਦਰ। ਨਾਲੇ ਤੈਨੂੰ ਤਾਂ ਪਤਾ ਹੀ ਆ ਮੈਂ ਜਰਮਨ ਤੋਂ ਕਿਉਂ ਆਇਆ। ਸਾਡਲੇ ਆਇਓ ਜੀ। ਅਬ ਮੈਂ ਜਾਵਾਂ ਜੀ, ਹੁਣ ਮੈਂ ਕੰਮ ਕੁੰਮ ਕਰਾ ਲਵਾਂ। ਖੜ ਜਾ, ਇੱਕ ਪੈਗ ਲਾ, ਕੰਮ ਹੋਰ ਵਧੀਆ ਹੋਊ। ਜਲਸਿਆ, ਮੁੰਡੇ ਨੂੰ ਪੈਗ ਪਾ। ਮੈਨੂੰ ਪਤਾ ਚੋਰੀ ਚੋਰੀ ਲਾ ਲੈਂਦਾ ਮੈਥੋਂ ਇਹ। ਨਹੀਂ ਨਹੀਂ ਪਾਪਾ ਜੀ, ਮੈਂ ਛੱਡਤੀ ਜੀ। ਹੈ? ਕਦੋਂ? ਕਿਹਦੇ ਕਹੇ ਤੇ? ਹਾਂਜੀ, ਉਹ ਮੈਂ ਤਾਂ ਹੱਸਦਾ, ਮੇਰਾ ਤਾਂ ਹਾਸੇ ਖੋਲਿਆ ਵੇਰੀਆਂ ਨੇ। ਉਹ ਰਾਣੋ ਦਾ ਰਿਸ਼ਤਾ ਡਿਮਾਂਡਾਂ ਜੀਆਂ ਰੱਖਦੇ ਸੀ ਦਵਲ ਤੇ। ਵਧੀਆ ਕੀਤਾ ਤੈਂ, ਲਾਲਚੀਆਂ ਦੇ ਧੀ ਦੇਣ ਦਾ ਕੀ ਮਤਲਬ? ਸਹੀ ਗੱਲ ਹੈ ਜੀ, ਰੱਬ ਜੋ ਵੀ ਕਰਦਾ ਚੰਗੇ ਲਈ ਕਰਦਾ। ਮੈਂ ਉਹਨਾਂ ਜੀ ਕੀ ਕਰਦੇ ਰੱਬ ਚੰਗੇ ਲਈ? ਝੂਠੇ ਭਾਂਡੇ ਮਾਂਜ ਮਾਂਜ ਕੇ ਹੁਣ ਸਰਦਾਰ ਬਣਿਆ ਬੈਠਾ। ਕੁਝ ਲੈ ਕੇ ਖਾਦਾ ਹੈਗਾ ਸਰਦਾਰ ਰਾਵ ਦਾ ਕਰੇ ਮੁੰਡਿਆਂ ਨੇ ਕਾਰ ਕੀ ਮੰਗ ਲਈ ਤੇਰੇ ਵਰਗਾ ਚੀਪੜ ਦੀ ਕਿ ਕੁੜੀ ਦਾ ਰਿਸ਼ਤਾ ਹੀ ਤੋੜਤਾ ਗਿਆ ਤੂੰ। ਜਰਮਨ ਦੀ ਝੂਠ ਮੈਨੂੰ ਮੈਨੇ ਮਾਰਦੀ ਆ, ਕੁੜੀ ਦੇ ਵਿਆਹ ਲਈ ਆ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਓਏ ਜੱਟ ਦੀ ਬੇਇੱਜ਼ਤੀ ਹੋ ਗਈ। ਓਏ ਜੈਲੂ, ਓਏ ਕੀ ਕਰਦਾ? ਕੋਲਤੀ ਉਹੀ ਕੜੀ ਪਾਤੀ ਰੰਗ ਚ ਭੰਗ। ਓ ਯਾਰ ਤੂੰ ਬੁੜਾ ਹੋ ਗਿਆ, ਤੈਨੂੰ ਦਾਰੂ ਪੀਣੀ ਨਹੀਂ ਆਈ। ਐਂ ਕਰ ਫਿਰ, ਤੂੰ ਸਿਖਾ ਦੇ ਮੈਨੂੰ ਆਪਦੇ ਵਾਲੇ ਸਕੂਲ ਚ ਪੀਣੀ। ਬਈ ਐਸੇ ਘਾਟ ਪੀ ਜਾਤੀ ਹੈ, ਐਸੇ ਬਾਅਦ ਪੀ ਜਾਤੀ ਹੈ, ਲੱਜ ਕਰ ਦੇਣਾ ਸ਼ੁਰੂ ਕਰਤਾ, ਜਿਵੇਂ ਕਹਾ ਮੈਨੂੰ ਗ੍ਰੈਫਟੀ ਪਲਾਤੀ ਹੁੰਦੀ ਹੈ। ਇਹਨੂੰ ਪਚਦੀ ਨਹੀਂ ਨਾ, ਤਾਂ ਹੀ ਤਾਂ ਪਿੰਦਾ ਨਹੀਂ। ਨਹੀਂ ਸਿੱਧੋ, ਤੂੰ ਇੱਥੇ ਖੜੀ ਕੀ ਕਰਦੀ ਆ ਬੇੜੀਆਂ ਬਜਿੰਦਰ ਬਰੇ ਚ? ਚੱਲ ਤੂੰ ਮੇਰੇ ਨਾਲ ਕਰ ਨੂੰ, ਆਪਾਂ ਇਹਨਾਂ ਨੰਗਾ ਨੇ ਮੁੜ ਕੇ ਨਹੀਂ ਬਣਨਾ। ਜਾ ਜਾ, ਸਾਨੂੰ ਵੀ ਕੋਈ ਲੋੜ ਨਹੀਂ ਤੁਹਾਡੇ ਵਰਗੇ ਰਾਠ ਅਮੀਰਾਂ ਦੀ। ਲੈ ਜਾਣ ਸ਼ਿੰਦਾ ਨੂੰ, ਮਹਾਰਾਜਾ ਨੂੰ ਆਪਣੇ ਘਰ। ਓਏ ਤੂੰ ਤਾਂ ਚੁੱਪ ਕਰ ਜਾ, ਖੜ ਜਾ ਹੁਣ, ਕਿਸੇ ਦਾ ਖਾਨਿਆ ਕਰੋ। ਲੈ ਜਾ ਤੂੰ ਕੁੜੀ ਨੂੰ ਵੀ ਲਿਆ ਨਾ। ਸ਼ਾਬਾਸ਼ ਚਾਹੇ ਲਾਡੂ ਹੈ, ਕਦੇ ਸਰਦਾਰ ਜੀ ਆਂਡਾ, ਕਦੇ ਸਰਦਾਰ ਜੀ ਮੁਰਗਾ। ਜਿਹਦੇ ਨਾ ਕੇਰਾ ਸਟੇਸ਼ਨ ਤੇ ਪੈਂਦੀਆਂ ਦੇਖੀਆਂ, ਉੱਥੇ ਪੂਰੀਆਂ ਵੇਚਦਾ ਫਿਰੇ, ਪੂਰੀ ਗਰਮ ਪੂਰੀ ਗਰਮ। ਕੋਲੋਂ ਬੁੜੀ ਲੰਘੀ, ਕਹਿੰਦਾ ਮਾਈ ਪੂਰੀ ਗਰਮ, ਮਾਈ ਪੂਰੀ ਗਰਮ। ਮਾਈ ਨੇ ਦੇ ਲਿਆ ਗੋਡਿਆਂ ਥੱਲੇ, ਕਹਿੰਦੀ ਮੈਂ ਦੱਸ ਦਿਆ ਤੈਨੂੰ ਮੈਂ ਕਿੰਨੀ ਗਰਮਾ। ਬਾਪੂ ਜੀ ਮੇਰੇ ਲਈ ਜਲੇਬੀਆਂ ਲੈ ਕੇ ਆਇਓ। ਠੀਕ ਹੈ ਪੁੱਤ। ਅੱਛਾ ਜੀ, ਇਸ ਤਰ੍ਹਾਂ ਕਰਾਂ ਵੀ ਤੇਰੀ ਛੋਟੀ ਦਾਦੀ ਵਰਗੇ ਮੋਟੇ ਮੋਟੇ ਲੱਡੂ ਲੈ ਆਵਾਂ। ਚਲੂਗਾ ਚਲੂਗਾ। ਸਤੂ ਓਏ ਆਇਆ ਬਾਪੂ ਜੀ। ਬੜੀਆਂ ਟੋਰਾਂ ਸ਼ੋਰਾਂ ਕੱਢੀਆਂ ਨੇ ਸਰਦਾਰਨੀਆਂ। ਚੱਲ ਫਿਰ ਤੈਨੂੰ ਵੀ ਕੁੱਕੜਾਂ ਦੀਆਂ ਤਾੜਾਂ ਪੈਂਦੀਆਂ ਦਿਖਾ ਲਿਆਵਾਂ। ਤੂੰ ਜਾ, ਤੈਨੂੰ ਕੁੱਕੜਾਂ ਦੀ ਕੁੜਕੁੜੀ ਸੁਣਦੀ ਹੈ, ਦੇਖੀ ਕਿਤੇ ਖੰਭ ਖੁਆ ਕੇ ਨਾ ਆ ਜਾਵੀ। ਬਾਪੂ ਜੀ ਇਹਨੂੰ ਕਹਿੰਦੇ ਆ ਮੁੱਛਦਾ ਰੋਬ, ਭੇਜ ਹੀ ਦਿੱਤਾ ਅਗਲਿਆਂ ਨੇ ਰਿਸ਼ਤਾ। ਪਰ ਸਤੂਆ। ਹਾਂ ਬਾਈ। ਯਾਰ ਗੱਲ ਕੁਛ ਖਾਨੇ ਚ ਨਹੀਂ ਪਈ। ਉਹ ਖਾਨੇ ਚ ਨਾ ਪੈਣ ਵਾਲੀ ਗੱਲ ਕਿਹੜੀ? ਇਹਦੇ ਚ ਹਾਰ ਤਾਂ ਅਗਲੇ ਉਸੇ ਦਿਨ ਗਏ ਸੀ। ਪਰ ਮੁੱਛ ਵਾਲਾ ਬੰਦਾ ਮੁੱਛ ਵਾਲੇ ਦੀ ਕਦਰ ਕਰਦਾ ਹੁੰਦਾ ਹੈ। ਅਗਲਾ ਸਮਝ ਗਿਆ ਹੋਣਾ ਵੀ ਇਸ ਘਰ ਤੋਂ ਵਧੀਆ ਰਿਸ਼ਤਾ ਹੋਰ ਕਿਹੜਾ ਮਿਲੂ ਕੁੜੀ ਨੂੰ। ਜਦੋਂ ਸਰਦਾਰ ਕਰਨੈਲ ਸਿੰਘ ਰੰਧਾਵੇ ਦੇ ਬਰਾਬਰ ਦੀ ਮੁੱਛ ਪੂਰੇ ਇਲਾਕੇ ਚ ਨੀ ਕਿਸੇ ਦੀ। ਕਿਉਂ ਸਤੂ? ਲਾਹੌਰ ਬਾਪੂ ਜੀ। ਹੁਣ ਐਂ ਕਰਿਓ, ਸਾਰੇ ਬੰਦੇ ਇਕੱਠੇ ਕਰ ਲਿਓ ਜਿਹੜੇ ਉਸ ਦਿਨ ਮੁਕਾਬਲੇ ਵਾਲੇ ਦਿਨ ਆਪਣੇ ਨਾਲ ਸੀ। ਚੱਕੋ ਵੀ ਬਾਲੂ ਸ਼ਾਹੀਆਂ ਗੱਜਣ ਸਿਆ, ਕਹੇ ਤਾਂ ਬਾਲੂ ਸ਼ਾਹੀ ਮੁੱਛ ਨਾਲ ਜੋ ਕੇ ਦਿਖਾ ਦਿਆਂ।
करनैल से बाकी तेरिया सारिया गल् ठीक ने, पर तेरिया इदा दरकत देख के मैं सोचता है कि रिश्ता अपने बराबर दया दे नाल लाना चाहिए। जमा सही कह, मैं तो इस घर से यह सोच के आया सी भी जिड़े घर नाल रिश्ता जोड़ना है जी उत्थे माड़ी मोटी बाद घाट है अणगौली कर दो। ना बाद घाट इधर है जां थोड़े वल है? इधर ही है। ओ किवें ऐही जी मुछ है कि तेरे कोल? लै मुछां दी गल करदा वेख, तैनू पता साडे कोल की है? की है बखावा? चलाओ क्यों रह गई ना खा टड्डिया दी टड्डिया बुझा दे फिर चला। इनू लाटू कहिंदे ने, साडे कोल लाटू है, तुहाडे कोल हैगा? गज्जण सिया रिश्ते इज्जत मान नाल जुड़े जांदे ने। ते इज्जत माना चीजां नाल हुंदी है, आ मुछां नाल ही हुंदी। क्यों कहिंदे आ? बिलकुल बापू जी। कहिंदे आ इन्हां दे पिंड बिजली क्यों नहीं लगी? इन्हां दे पिंड बिजली कादी लगनी है बापू जी? इल तो कुकड़ नहीं आउंदा, दो दो खोडां पै लईदियां, सारा दिन वेल्यां दा निकलदा ते रात नूं कोई काम है नहीं। ओ अच्छा 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 अच्छा, बस जिथे बेचारी बिजली दा काम नहीं उत्थे जाके करूगी की? है ना, लगदा सारे दे सारे बंदे बेलड़ ने उत्थे। गज्जण सिया सानूं इत्थे रिश्ते दी गल करन लई बुलाया जां बेइज्जत करन लई? है बापू जी इन्नी इक गल तां समझदे आ इह। हां ਉਹ ਇੰਨੀ ਕੋਈ ਸਮਝਦੇ ਨੇ? ਜੇ ਹੋਰ ਗੱਲ ਸਮਝ ਚ ਆਈ ਹੁੰਦੀ ਤਾਂ ਇੱਥੇ ਥੋੜਾ ਬੈਠੇ ਹੁੰਦੇ ਢੀਠਾ ਵਾਂਗੂ। ਚਾਹੀ ਲਾਟੂ ਸਾਡੇ ਸੱਤੂ ਨੇ ਲਵਾ ਲਿਆ ਫੇਰ। ਸੱਤੂ ਆ ਮੇਰੇ ਨਾਲ। ਦੱਸੋ ਤਿੰਨ ਮਹੀਨੇ ਦਾ ਸਮਾਂ ਬੰਨ ਲਓ, ਜੇ ਆਉਂਦੇ ਚੇਤੀ ਸੰਗਰਾਂਦ ਨੂੰ ਲਾਟੂ ਲਵਾ ਲਿਆ ਫੇਰ ਜਾ। ਇਹਦੇ ਬਸ ਦਾ ਕੰਮ ਨੀ ਆਏ। ਤੇ ਜੇ ਮੈਂ ਕਰਤਾ ਫੇਰ? ਉਹ ਮੈਂ ਕੀ ਕਿਹਾ ਸੱਤੂ? ਚੱਲ ਖੜ ਜਾ ਬਾਪੂ ਜੀ, ਮੈਨੂੰ ਗੱਲ ਕਰ ਲੈਣ ਦੋ ਅੱਜ। ਤੈਨੂੰ ਮੈਂ ਕੀ ਕਿਹਾ? ਕੋਈ ਗੱਲ ਨਹੀਂ ਕਰਨੀ ਇਹਨਾਂ ਨਾਲ। ਜਿਹੜੇ ਕਰਦਾ ਮਾਲਕ ਇੰਨੇ ਸਿਆਣੇ ਬਣੇ ਬੰਦਿਆਂ ਸਾਹਮਣੇ ਮੈਨੂੰ ਘਰ ਬੁਲਾ ਕੇ ਮੇਰੀ ਬੇਇੱਜ਼ਤੀ ਕਰੀ ਜਾ ਰਿਹਾ ਹੈ। ਓਏ ਆ ਕਰਨੈਲ ਸਿਉ ਰੰਧਾਵਾ, ਇਹੋ ਜਿਹੇ ਬੰਦੇ ਦੇ ਘਰ ਤੇ ਧਾਰ ਨਹੀਂ ਮਾਰਦਾ। ਮੱਖਣ ਦਾ ਰਿਸ਼ਤਾ ਮੇਥੋਂ ਬਿਨਾ ਲੈ ਲਿਆ, ਹੁਣ ਮੇਰੀ ਵੀ ਇੱਕ ਹੋਰ ਅੜੀ ਹੈ। ਬੜਾ ਮੋਟਾ ਹੁੰਦਾ ਸੀ ਤੋੜੇ ਵਰਗਾ, ਤੂੰ ਵੀ ਤਾਂ ਲੜਾਕੀ ਹੁੰਦੀ ਸੀ ਕੰਨ ਖਾਣੀ ਜੁੰਡ ਲਈ, ਤੂੰ ਮੇਰਾ ਜੂੜਾ ਪੜ ਕੇ ਭਾਜਾ ਦਿੰਦੀ ਸੀ। ਤੂੰ ਵੀ ਤਾਂ ਮੇਰੇ ਰੋੜੇ ਚੋਰੀ ਕਰਦਾ ਸੀ। ਹੈ ਲੈ ਫੇਰ ਹੋ ਗਈ ਸ਼ੁਰੂ, ਜਿਵੇਂ ਨਿਆਣੇ ਹੁੰਦੇ ਕਰਦੇ ਹੁੰਦੇ ਸੀ। ਮਾਣੋ ਇਹ ਤਾਂ ਹੁਣ ਸਰਕਾਰੀ ਵਕੀਲ ਬਣ ਗਿਆ, ਚੜੇ ਮਹੀਨੇ ਤਨਖਾਹ ਲੈਂਦਾ। ਚਲੋ ਨੀ ਕੁੜੀਓ, ਲਾਓ ਬਟਨ ਆ ਕੇ ਮੱਖਣ। ਭਾਈ ਮੇਰਾ ਵਾਤਾ ਵਾ ਬੋਲੀ ਜਾਂਦਾ, ਤੂੰ ਮੱਥੇ ਤੇ ਹੱਥ ਮਾਰੀ ਜਾਂਦੀ। ਮੈਂ ਕਿਹਾ ਪਤਾ ਨੀ ਘਰੇ ਜਾ ਕੇ ਕੀ ਬਣੂਗਾ ਇਹਦਾ। ਬਾਈ ਜਿਉਂਦਾ ਰਹੇ ਮੇਰਾ ਭਣੋਈਆ, ਜਦੋਂ ਵੀ ਆਉਂਦਾ ਰੌਣਕਾਂ ਲਾਈ ਰੱਖਦਾ। ਹੋਰ ਸਭ ਠੀਕ ਹੈ ਫੁੱਫੜਾ? ਹਾਂ ਮੈਂ ਤਾਂ ਠੀਕ ਹਾਂ। ਗੁਰਮੁਖ ਸਿਆ ਤੂੰ ਤਾਂ ਸਰਕਾਰੀ ਬੰਦਾ ਹੈ, ਚੱਲ ਤੈਨੂੰ ਤਾਂ ਕੰਮ ਕਾਜ ਹੋ ਸਕਦਾ ਕੋਈ। ਲੀਲੂ 10 ਦਿਨ ਪਹਿਲਾਂ ਹੀ ਆ ਕੇ ਬਹਿ ਗਿਆ। ਦੇਖੋ ਜੀ ਸਿਆਣੇ ਬੰਦੇ ਨੂੰ ਤਾਂ ਪਹਿਲਾਂ ਹੀ ਆਉਣਾ ਪੈਂਦਾ ਜੀ, 100 ਕੰਮਕਾਰ ਕਰਨੇ ਹੁੰਦੇ ਆ। ਆਲਤੂ ਫਾਲਤੂ ਬੰਦੇ ਤਾਂ ਮੌਕੇ ਦੇ ਮੌਕੇ ਤੇ ਵੀ ਆ ਜਾਣ, ਕੀ ਫਰਕ ਪੈਂਦਾ? ਕਿਉਂ ਕੀ ਕਹਿੰਦਾ?
ਫੁੱਫੜਾ ਮੈਂ ਤੇ ਕਹਿੰਦਾ ਤੂੰ ਵੀ ਸਿੱਧਾ ਮਿਲਣੀ ਵਾਲੇ ਤੇ ਨਹੀਂ ਆਉਂਦਾ, ਘੱਟੋ ਘੱਟ ਕੰਬਲ ਤਾਂ ਮਿਲਦਾ। ਓਏ ਕੰਬਲ ਨੂੰ ਲੱਗੀਆਂ ਮੈਂ ਟੁੱਟੇ ਛਿੱਤਰਾਂ ਨੂੰ ਵਧੀ ਜਾਂਦਾ, ਮੈਂ ਰੇਬਟਾ ਮਾਰੂਗਾ ਨਾ ਤੇ। ਓ ਬਾਈ ਜੀ ਛੱਡੋ ਪਰਾਂ, ਜਵਾਕ ਨੇ ਮਜ਼ਾਕ ਕਰਦੇ ਆ। ਮਜ਼ਾਕ ਨੂੰ ਸਾਲੀਆਂ ਮੈਂ? ਓਹੋ ਬਾਈ ਜੀ ਤੁਸੀਂ ਸਿਆਣੇ ਹੋ। ਓ ਮੁੰਡਿਆ ਹਾਂ ਫੁੱਫੜਾ, ਹੋ ਚਵਾਰੇ ਚ ਮੇਰੇ ਵਾਲਾ ਮੰਜਾ ਡਾ ਦੇ। ਪਰ ਫੁੱਫੜਾ ਉੱਥੇ ਤਾਂ ਛੋਟੇ ਪਰਾਉਣਿਆਂ ਦਾ ਸਮਾਨ ਪਿਆ। ਓ ਕਿਸੇ ਵੀ ਲੇਲੀ ਛਲੀ ਦਾ ਸਮਾਨ ਪਿਆ ਹੋਵੇ ਚੱਕੇ ਬਾਹਰ ਮਾਰ, ਮੇਰੀ ਪੁੱਛ ਕੇ ਘਟ ਗਈ। ਘਟੀ ਕਾ ਨੂੰ ਫੁੱਫੜਾ, ਖਤਮ ਹੀ ਹੋ ਗਈ। ਇਹਨਾਂ ਦੇ ਜੋੜ ਛੱਟ ਗਿਆ, ਉਹ ਤੂੰ ਆਪਣੇ ਜੋੜ ਨੇ ਤੋੜਾ ਲਈ, ਮਾਰਿਆ ਮਗਜ। ਬਾਈ ਤੁਸੀਂ ਚਾਹ ਪੀਓ।